ਵੀ ਮੇਰਾ ਇਸ ਕੇਸ ਨਾਲ ਕੋਈ ਲੇਖਾ ਦੇਖਾ ਨਹੀਂ, ਔਰ ਮੈਨੂੰ ਆਹ ਵਕੀਲ ਨੇ, ਹਿਊਮਨ ਰਾਈਟਸ ਦਾ ਇੱਕ ਵਕੀਲ ਹੈ ਜਿਹਨੇ ਮੇਰੀ ਫੇਰ ਵੇਲੇ ਵੀ ਉੱਥੇ ਜਾ ਕੇ 400 ਪੇਜ ਜਿੱਤੇ ਸੀ ਔਰ ਉਹਦਾ ਕੁਛ ਨਹੀਂ ਲੱਭਿਆ ਉਹਦੇ ਚੋਂ। ਉਹ ਇਸ ਵਕੀਲ ਨੇ ਚਰਨਜੀਤ ਵੇਰਕੇ ਨੇ ਇਹਨੂੰ ਚਿੱਠੀ ਭੇਜੀ ਕਿ ਤੂੰ ਇਹ ਘੁੱਗੀ ਮਾਰ ਕੇ ਦੇ ਦੀ। ਔਰ ਇਹ ਜੀ ਸ਼ਰਾਰਤ ਜਦੋਂ ਕਰ ਰਹੀ ਹੈ, ਜੇ ਜਹੇਦਾਰ ਕੌਂਕੇ ਸਾਹਿਬ ਦੀ ਚ ਕਰ ਸਕਦੇ, ਅਕਾਲ ਤਖ਼ਤ ਸਾਹਿਬ ਦੇ ਜਹੇਦਾਰ ਦੇ ਮਸਲੇ ਚ ਚੇਅਰਮੈਨ ਸਾਹਿਬ, ਮੈਂ ਤਾਂ ਬੜੀ ਛੋਟੀ ਜੀ ਸਮਾਲ ਫਰਾਈ ਹਾਂ, ਮੇਰੇ ਕੇਸ ਚ ਤਾਂ ਕੁਛ ਕਰ ਦੇਣ, ਮਗਰ ਮੈਨੂੰ ਭਾਈ ਸੱਚੇ ਪਾਤਸ਼ਾਹ ਤੇ 100% ਛੱਡੋ, ਉਸ ਘਰ ਦਾ ਮੈਂ ਕੂਕਰ ਹਾਂ, ਮੈਨੂੰ ਗੁਰੂ ਘਰ ਚ ਵਿਸ਼ਵਾਸ ਹੈ, ਉਸ ਕਚਹਿਰੀ ਚ ਮੈਨੂੰ ਇਨਸਾਫ ਮਿਲੂਗਾ, ਲੋਕਾਂ ਦੀ ਕਚਹਿਰੀ ਚੋਂ ਸਦਾ ਇਨਸਾਫ ਮਿਲਿਆ, ਜਿਹੜੀਆਂ ਬਣਾਈਆਂ ਹੋਈਆਂ ਲੋਕਾਂ ਦੀਆਂ ਕੋਰਟਾਂ ਨੇ ਉਹ ਚੋਂ ਇਨਸਾਫ ਮਿਲਿਆ। ਇਕੱਲੀ ਭਗਵੰਤ ਮਾਨ ਨੂੰ ਇੱਕ ਬੇਨਤੀ ਹੈ, ਅਗਲਾ ਚੇਅਰਮੈਨ ਸਿੱਟ ਦਾ ਪਿਓ ਦਾ ਪੁੱਤਾਂ ਜੀ ਲੱਤਾਂ 'ਤੇ ਜਾਨ ਹੈ, ਤੂੰ ਆਪ ਬਣੀ, ਅਫਸਰਾਂ ਨੂੰ ਮੋਹਰੇ ਨਾ ਵਰਤ, ਦੋ ਦੋ ਹੱਥ ਸਿੱਧੇ ਕਰਾਂਗੇ। ਪਹਿਲੀ ਵਾਰੀ ਵੀ ਤੈਨੂੰ ਪਹਿਲੇ ਦਿਨ ਵੀ ਕਿਹਾ ਸੀ, ਅੱਜ ਵੀ ਚੈਲੰਜ ਕਰਦਾ, ਜੇ ਲੱਤਾਂ 'ਚ ਜਾਨ ਹੈ ਮਾਸਟਰ ਮਹਿੰਦਰ ਦਾ ਮੁੰਡਾ, ਅਗਲੀ ਵਾਰੀ ਚੇਅਰਮੈਨ ਸਿੱਟ ਆਪ ਬਣੇ, ਦੋ ਦੋ ਹੱਥ ਸਿੱਧੇ ਕਰ ਲਾਂਗੇ। ਕੀ ਹੈ ਜੀ ਫਜ਼ੂਲ ਦਾ, ਔਰ ਕੇਜਰੀਵਾਲ ਸਾਹਿਬ ਨੂੰ ਕਿ ਭਾਊ ਘਬਰਾਉਣ ਦੀ ਲੋੜ ਨਹੀਂ, ਇਹ ਤੈਨੂੰ ਠੋਕਣ ਨੂੰ ਫਿਰਦੇ, ਤੇਰਾ ਭਗਵੰਤ ਮਾਨ ਤੇਰਾ ਵੀਰ ਤੇਰੇ ਨਾਲ ਚੱਲੂ, ਤਿੰਨ ਨੂੰ ਜਾਣਾ ਉਹ ਦੱਸ ਦੀ, ਆਹ ਤਿੰਨ ਨੂੰ ਇਹ ਮੈਨੂੰ ਨਾ ਸੱਦਣ, ਮੈਂ ਉਹਦੇ ਨਾਲ ਜਾਊਂਗਾ, ਚਾਰ ਨੂੰ ਜੇ ਸੱਦਣਾ ਚਾਰ ਨੂੰ ਸੱਦ ਲੈਣ, ਪੰਜ ਨੂੰ ਸੱਦਣਾ ਪੰਜ ਨੂੰ ਸੱਦ ਲੈਣ, ਮਗਰ ਹਾਈਕੋਰਟ ਦੇ ਆਰਡਰ ਜ਼ਰੂਰ ਪੜ੍ਹਨਾ। ਧੰਨਵਾਦ। ਹੁਣ ਮੈਂ ਮਿਲਿਆ ਹਾਈਕੋਰਟ ਦੇ ਆਰਡਰ ਦਾ ਜ਼ਿਕਰ।